बोले सो नहा सत नाम वाहे गुरु 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 स
ਸਹਾਏ ਅਰਜਨ ਹਰ ਗੋਬਿੰਦ ਨਾਮ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਜੀ ਧਿਆਈਐ ਜਿਸ ਡਿੱਠੇ ਸਭ ਪਜਾਏ ਤੇਗ ਬਹਾਦਰ ਸਿਮਰਿਐ ਕਰਨਾ ਉਹਨੇ ਦਾਵੈ ਧਾਏ ਸਭ ਥਾਈ ਹੋਣਾ ਜੀ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਭ ਥਾਈ ਹੋਣਾ ਜੀ ਸਹਾਏ ਸਭ ਥਾਈ ਹੋਣਾ ਜੀ ਸਹਾਏ ਦਸਾਂ ਪਾਤਸ਼ਾਹਿਓ ਕੀ ਆਤਮਕ ਜੋਤ ਅਕਾਲ ਪੁਰਖ ਦੇ ਸਰੂਪ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਕੇ ਪਾਠ ਉਪਦੇਸ਼ ਜੀ ਕਾ ਧਿਆਨ ਧਰ ਖਾਲਸਾ ਸਾਹਿਬ ਬੋਲਣਾ ਜੀ ਹੇ ਨਿਮਾਣਿਆਂ ਦੇ ਮਾਣ ਸਤਿਗੁਰੂ ਜੀ ਓ ਨੇਤਾਣਿਆਂ ਦੇ ਤਾਣ ਸਤਿਗੁਰੂ ਜੀ ਓ ਨਿਓਟਿਆਂ ਦੀ ਓਟ ਨਿਆਸਰਿਆਂ ਦੇ ਆਸਰੇ ਹੇ ਕਰੁਣਾ ਨਿਧਾਨ ਦੀਨਾ ਬੰਧੂ ਭਗਤ ਬੱਛਲ ਸਦਾ ਹੀ ਕਿਰਪਾਲੂ ਦਿਆਲੂ ਮਹਾਰਾਜ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਐਸ ਵੇਲੇ ਆਪ ਜੀ ਕੇ ਹਜ਼ੂਰ ਆਪ ਜੀ ਕੇ ਪਾਵਨ ਪਵਿੱਤਰ ਚਰਨ ਕਮਲਾਂ ਵਿਖੇ ਸਮੂਹ ਸਾਧ ਸੰਗਤ ਦੀ ਰਲ ਮਿਲ ਕੇ ਆਪ ਦੇ ਬੱਚਿਆਂ ਦੀ ਆਪ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਜੋਦਰੀ ਹੈ ਮਹਾਰਾਜ ਆਪ ਜੀ ਦਾ ਕੋਟਾਨ ਕੋਟ ਸ਼ੁਕਰ ਹੈ ਕੋਟਾਨ ਕੋਟ ਧੰਨਵਾਦ ਹੈ ਆਪਣੇ ਬੜੀ ਅਪਾਰ ਕਿਰਪਾ ਰਹਿਮਤ ਕੀਤੀ ਆਪ ਜੀ ਦੀ ਅਪਾਰ ਕਿਰਪਾ ਰਹਿਮਤ ਸਦਕਾ ਆਪ ਜੀ ਦੀ ਸੱਚੇ ਪਾਤਸ਼ਾਹ ਜੀਓ ਸੇਵਾ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਇਸ ਵੇਲੇ ਸੱਚੇ ਪਾਤਸ਼ਾਹ ਜੀਓ ਆਪ ਜੀ ਦੇ ਤਪ ਅਸਥਾਨ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਸੰਤ ਬਾਬਾ ਲਾਭ ਸਿੰਘ ਜੀ ਸੰਤ ਬਾਬਾ ਹਰੀ ਸਿੰਘ ਜੀ ਮਹਾਂਪੁਰਖਾਂ ਦੀ ਬਰਸੀ ਨੂੰ ਮੁੱਖ ਰੱਖਦੇ ਹੋਏ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਸਰੂਪ ਆਪ ਜੀ ਦੇ ਤਪ ਸਥਾਨ ਸੱਚੇ ਪਾਤਸ਼ਾਹ ਜੀਓ ਪਿੰਡ ਜੋਗੇਵਾਲਾ ਵਿਖੇ ਗੁਰੂ ਘਰ ਤੋਂ ਚੱਲ ਕੇ ਸੱਚੇ ਪਾਤਸ਼ਾਹ ਜੀ ਉਹਨੇ ਜਿਸ ਸਥਾਨਾਂ 'ਤੇ ਇੱਥੇ ਪਹੁੰਚੇ ਹੋ ਮਹਾਰਾਜ ਆਪ ਜੀ ਦੀ ਸੇਵਾ ਕਰਦਿਆਂ ਕੋਲੋਂ ਗੁਰੂ ਪਾਤਸ਼ਾਹ ਜੀ ਉਹ ਰਸਤੇ ਵਿੱਚ ਆਉਂਦਿਆਂ ਕੋਲੋਂ ਇੱਕ ਨਹੀਂ ਅਨੇਕਾਂ ਪ੍ਰਕਾਰ ਦੀਆਂ ਤਰੁੱਟੀਆਂ ਸੱਚੇ ਪਾਤਸ਼ਾਹ ਜੀ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਰਹੀਆਂ ਹੋਣੀਆਂ ਸੱਚੇ ਪਾਤਸ਼ਾਹ ਜੀ ਉਹ ਅਸੀਂ ਕਲਯੁਗੀ ਜੀਵ ਸਦਾ ਹੀ ਭੁੱਲਣ ਹਾਰੇ ਹੈ ਭੁੱਲ ਗੁਰੂ ਕਰਤਾਰ ਜੀ ਆਪ ਜੀ ਦਾ ਬਿਰਧ ਬਖਸ਼ਣ ਹਾਰ ਹੈ ਕਿਰਪਾ ਕਰਕੇ ਬਖਸ਼ ਲੈਣਾ ਅੱਗੇ ਤੁਸ ਮਤ ਬਖਸ਼ਣੀ ਮਹਾਰਾਜ ਆਪ ਜੀ ਦੇ ਕਾਰਜ ਹਨ ਸੱਚੇ ਪਾਤਸ਼ਾਹ ਆਪ ਜੀ ਨੇ ਕਿਰਪਾ ਕਰਨੀ ਚੜ੍ਹਦੀ ਕਲਾ ਵਿੱਚ ਨਿਰਵਿਘਨਤਾ ਪੂਰਨ ਸੰਪੂਰਨ ਕਰਾਉਣੇ ਮਹਾਰਾਜ ਆਪ ਦੀ ਸੇਵਾ ਕਰਦਾ ਕੋਲੋਂ ਹੋਈਆਂ ਭੁੱਲਾਂ ਦੀ ਖਿਮਾ ਕਰਨੀ ਅੱਗੇ ਵਾਸਤੇ ਸਮਤ ਬਖਸ਼ਣੀ ਜੋ ਵੀ ਸੰਗਤਾਂ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਉਹ ਆਪ ਜੀ ਦੀਆਂ ਦਿੱਤੀਆਂ ਦਾਤਾਂ ਗੱਡੀਆਂ ਨਾਲ ਸਰੀਰ ਨਾਲ ਸੇਵਾ ਕੀਤੀ ਹੈ ਆਪ ਜੀ ਨੇ ਕਿਰਪਾ ਕਰਨੀ ਬਰਕਤਾਂ ਪਾਉਣੀਆਂ ਮਨ ਦੀਆਂ ਸ਼ੁਭ ਭਾਵਨਾ ਗੁਰਮਤਿ ਅਨੁਸਾਰ ਪੂਰਨ ਕਰਨੀਆਂ ਮਹਾਰਾਜ ਇਸ ਵੇਲੇ ਆਪ ਜੀ ਨੇ ਜਿਸ ਸਥਾਨਾਂ 'ਤੇ ਵਿਰਾਜਮਾਨ ਹੋਵੋ ਸੰਗਤਾਂ ਨੂੰ ਛੁੱਟੀਆਂ ਖੁਸ਼ੇ ਬਖਸ਼ੋ ਕਿਰਪਾ ਕਰਨੀ ਸੱਚੇ ਪਾਤਸ਼ਾਹ ਸਹੀ ਪਿਆਰਿਆਂ ਦਾ ਮੇਲ ਬਖਸ਼ਣਾ ਜੀ ਜਿਨ੍ਹਾਂ ਦੇ ਮਿਲਿਆ ਆਪ ਜੀ ਦਾ ਵਾਹਿਗੁਰੂ ਨਾਮ ਚਿੱਤੇ ਆਵੇ ਧੰਨ ਸ਼੍ਰੀ ਗੁਰੂ ਨਾਨਕ ਸਤਿ ਸ਼੍ਰੀ ਅਕਾਲ ਖਾਲਸਾ ਵਾਹਿਗੁਰੂ ਜੀ ਕੀ